ਜਲੰਧਰ ਦੇ ਪਿੰਡ ਰੂੜਕਾ ਕਲਾ 'ਚ ਅੱਜ UK ਆਧਾਰਿਤ ਸੰਸਥਾ ਕਮੈਂਟਰੀ ਮਰਸੀਆ ਲਾਇਨਸ ਕਲੱਬ ਵੱਲੋਂ ਮੁਫ਼ਤ ਅੱਖਾਂ ਦਾ ਕੈਂਪ ਲਗਾਇਆ ਗਿਆ, ਜਿਸ 'ਚ ਜਲੰਧਰ ਰੂਰਲ ਦੇ SSP ਨਵਜੋਤ ਸਿੰਘ ਮਾਹਲ ਅਤੇ ਪੰਜਾਬ ਐਂਡ ਹਰਿਆਣਾ ਹਾਈਕੋਰਟ ਦੇ ਵਕੀਲ ਹਰਪ੍ਰੀਤ ਸੰਧੂ ਮੁੱਖ ਤੌਰ 'ਤੇ ਪਹੁੰਚੇ। SSP ਨਵਜੋਤ ਸਿੰਘ ਮਾਹਲ ਨੇ ਇਸ ਉਪਰਾਲੇ ਦੀ ਸ਼ਲਾਘਾ ਕੀਤੀ। ਉੱਥੇ ਹੀ ਇਸ ਪੂਰੇ ਈਵੈਂਟ ਦੇ ਕੋਆਰਡੀਨੇਟਰ ਅਤੇ ਹਮੇਸ਼ਾ ਸਮਾਜ ਭਲਾਈ ਦੀ ਸੇਵਾ 'ਚ ਰਹਿਣ ਵਾਲੇ ਵਕੀਲ ਹਰਪ੍ਰੀਤ ਸੰਧੂ ਨੇ ਵੀ ਅਹਿਮ ਭੂਮਿਕਾ ਨਿਭਾਈ। ਅੱਜ ਬੜਾ ਵਡਭਾਗੀ ਦਿਨ ਹੈ ਵੀ ਇੰਗਲੈਂਡ ਦੇ ਜਿਹੜੀ ਕੋਇੰਟਰੀ ਜਿਹਨੂੰ ਉੱਥੇ ਕਾਉਂਟੀ ਕਹਿੰਦੇ ਆ, ਉੱਥੇ ਦੇ ਬਹੁਤ ਹੀ ਸਤਿਕਾਰਯੋਗ ਆਪਣੇ ਪੰਜਾਬ ਸੂਬੇ ਦੇ ਨਹੀਂ ਮੈਂ ਬਲਕਿ ਕਹੂੰਗਾ ਇਸ ਮਹੱਤਵਪੂਰਨ ਜਿਹੜਾ ਦੁਆਬੇ ਦਾ ਪਿੰਡ ਹੈ ਰੁੜਕਾ ਕਲਾਂ ਦਾ ਨਾਮ ਉੱਚਾ ਕਰਨ ਵਾਲੇ ਸਰ ਜੱਗੀ ਰੈਲੀ ਸਾਹਿਬ, ਡਾਕਟਰ ਰਵਿੰਦਰ ਸਿੰਘ ਸੰਧੂ ਰਵੀ ਜੀ, ਸਚਦੇਵ ਸਾਹਿਬ ਜਿਹੜੇ ਚਾਰਟਰ ਅਕਾਊਂਟੈਂਟ ਨੇ, ਔਰ ਉਹਨਾਂ ਦੇ ਨਾਲ ਜਿੰਨੇ ਵੀ ਕੋਵੈਂਟਰੀ ਤੋਂ, ਇੰਗਲੈਂਡ ਤੋਂ, ਕੈਨੇਡਾ ਤੋਂ ਸਾਰੇ ਹੀ ਸਤਿਕਾਰਯੋਗ NRI ਭਰਾ ਆਏ ਨੇ। ਉਹਨਾਂ ਨੇ ਇਹ ਬਹੁਤ ਹੀ ਅੱਛਾ ਉਪਰਾਲਾ ਕੀਤਾ ਜਿਹੜੀ ਕਿ ਵੀ ਮੈਡੀਕਲ ਸੇਵਾ ਦੇ ਵਿੱਚ ਯੋਗ ਪਾਉਣਾ ਇਹ ਉਸ ਪਰਮਾਤਮਾ ਦੀ ਕਿਰਪਾ ਸਦਕੇ ਹੀ ਹੁੰਦਾ ਹੈ। ਇਸ ਮੌਕੇ ਏਸ਼ੀਆ ਦੀ ਪਹਿਲੀ ਮਿਸ ਇੰਗਲੈਂਡ ਬਣਨ ਵਾਲੀ ਡਾਕਟਰ ਪਾਸ਼ਾ ਮੁਖਰਜੀ ਵੀ ਉਚੇਚੇ ਤੌਰ ਤੇ ਪਹੁੰਚੇ, ਜਿਨ੍ਹਾਂ ਕੁਐਂਟਰੀ ਇੰਟਰਨੈਸ਼ਨਲ ਕਲੱਬ ਦੇ ਪ੍ਰਧਾਨ ਰਵਿੰਦਰ ਸੰਧੂ ਦਾ ਧੰਨਵਾਦ ਕੀਤਾ। ਉੱਥੇ ਹੀ ਉਹਨਾਂ ਨੇ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ ਅਤੇ ਕੋਰੋਨਾ ਵਾਇਰਸ ਤੋਂ ਬਚਣ ਦੇ ਲੋਕਾਂ ਨੂੰ ਕਈ ਨੁਕਤੇ ਵੀ ਦੱਸੇ। SSP ਨਵਜੋਤ ਸਿੰਘ ਮਾਹਲ ਨੇ ਦੱਸਿਆ ਕਿ NRIs ਵੱਲੋਂ ਅਜਿਹੇ ਉਪਰਾਲੇ ਕਰਨਾ ਵਧੀਆ ਕਦਮ ਹੈ ਜਿਸ ਨਾਲ ਲੋਕਾਂ ਨੂੰ ਸਿਹਤ ਪ੍ਰਤੀ ਜਾਗਰੂਕ ਕੀਤਾ ਜਾ ਸਕਦਾ ਹੈ। ਬਿਊਰੋ ਰਿਪੋਰਟ, ਦੈਨਿਕ ਸਵੇਰਾ TV। All World Open Challenge 17 time gold medalist Mia Rafiq Mohammed Pandit Maulvi Begum Tantrik inna chora thagga to saavdan specialist Vashikaran Satta number love marriage pati patni ch anban videsh ch pakka hona karobar da na chalna sirf 31 ghantiyan vich samadhan free Mia Rafiq Mohammed mobile 84374 94647 84374 94648।